ਜਿਨ੍ਹਾਂ ਦਾ ਪ੍ਰਣਾਮ ਲੈਣਾ ਕਿਰਪਾ ਕਰਕੇ ਦੋ ਦੋ ਤਿੰਨ ਤਿੰਨ ਮਿੰਟ ਵਿੱਚ ਆਪਣੀ ਸ਼ਰਧਾਂਜਲੀਆਂ ਪੇਸ਼ ਕਰਨ। ਨਾਮ ਬਹੁਤ ਸਾਰੇ ਨਾਮ ਬਹੁਤ ਸਾਰੇ ਸਨ, ਉਹਨਾਂ ਵਿੱਚੋਂ ਅਸੀਂ ਥੋੜ੍ਹਾ ਜਿਹਾ ਲਾ ਰੱਖੇ ਨੇ। ਉਹ ਇਸ ਤਰ੍ਹਾਂ ਨੇ ਸਰਦਾਰ ਜਗਦੀਸ਼ ਸਿੰਘ, ਸੰਪਾਦਕ ਪ੍ਰਿਆਮ ਜਲੰਧਰ ਤੋਂ, ਫਿਰ ਜਗਦੀਸ਼ ਸਿੰਘ ਨਰੂ ਲਾਲ ਸਿੰਘ ਦੋਸਤੋਂ, ਫਿਰ ਜਸਪਾਲ ਸਿੰਘ ਜੀ ਗੁਰੂਵਾਲਾ ਮਹਾਰਾਜ, ਸੰਤ ਦਰਸ਼ਨ ਸਿੰਘ ਜੀ ਸਾਵਨ ਆਸ਼ਰਮ ਵਾਲਿਆਂ ਦੇ ਨੁਮਾਇੰਦੇ, ਐਸ ਪੀ ਚੋਪੜਾ, ਸਰਦਾਰ ਗੋਬਿੰਦ ਸਿੰਘ ਜੀ ਗੁਰੂ ਨਾਨਕ ਡਿਸਪੈਂਸਰੀ ਵਾਲੇ, ਪੰਚਰਤਨ ਮਾਤਾ ਨਿਹਾਲ ਸਿੰਘ ਜੀ, ਪ੍ਰਧਾਨ ਸਾਹਿਬ ਦਰਬਾਰ ਵੱਲੋਂ, ਜਥੇਦਾਰ ਸਰਦਾਰਾ ਸਿੰਘ ਜੀ, ਸੰਪਾਦਕ ਪੰਥਕ ਸੇਖਾ ਵੱਲੋਂ, ਔਰ ਸਰਦਾਰ ਰਵਿੰਦਰ ਸਿੰਘ ਜੀ ਸੇਖ, ਇਸ ਤੋਂ ਪ੍ਰਧਾਨ ਸ਼੍ਰੀ ਸਤਿਗੁਰੂ ਜੀ ਕਿਰਪਾ ਕਰਨਗੇ। ਮੈਂ ਪਹਿਲਾਂ ਤੁਹਾਡੀ ਕਹਿਣਾ ਵਾਂ ਜਗਦੀਸ਼ ਸਿੰਘ ਜੀ ਸੰਪਾਦਕ ਮਰਿਆਮ। ਦੋ ਤਿੰਨ ਤਿੰਨ ਮਿੰਟ ਤੋਂ ਬਾਅਦ ਆਪਣੇ ਆਪ ਦੀ ਕਿਰਪਾ ਨਾਲ ਪਹਿਲਾਂ ਬੋਲਣਾ। ਪਰਮ ਸਤਿਕਾਰ ਪ੍ਰਸਾਦ ਸਿੰਘ ਜੀ, ਬੀਬੀ ਮਹਿੰਦਰ ਕੌਰ ਜੀ ਦਾ ਜੀਵਨ ਇੱਕ ਆਦਰਸ਼ਕ ਜੀਵਨ ਸੀ ਜੀ। ਉਹਨਾਂ ਨੂੰ ਸਾਧਨਾ ਨੇ ਸਾਰੇ ਸੁੱਖ ਦਿੱਤੇ ਸਨ, ਪੁੱਤਰਾਂ ਦਾ ਸੁੱਖ, ਦੁੱਧ ਦਾ ਸੁੱਖ, ਧਨ ਦੌਲਤ ਦਾ ਸੁੱਖ, ਪਰ ਇਹਨੀ ਬਾਦਸ਼ਾਹ ਹੁੰਦੇ ਹੋਏ ਵੀ ਉਹ ਦਰਵੇਸ਼ੀ ਦਾ ਜੀਵਨ ਜਿਉਂਦੇ ਸਨ। ਉਹਨਾਂ ਦੇ ਘਰ ਆਇਆ ਕੋਈ ਵੱਡਾ ਹੈ ਜਾਂ ਛੋਟਾ ਹੈ, ਇੰਝ ਮਹਿਸੂਸ ਹੁੰਦਾ ਸੀ ਕਿ ਜਿਵੇਂ ਕਿ ਆਪਣੇ ਘਰ ਆਇਆ। ਉਹਨਾਂ ਦੇ ਨਿਧਨ ਨਾਲ ਬਹੁਤ ਘਾਟਾ ਪਿਆ। ਫਿਰ ਤੋਂ ਲੈ ਕੇ ਹੁਣ ਤੱਕ ਗੁਰਬਾਣੀ ਦੇ ਕੀਰਤਨ, ਗੁਰਬਾਣੀ ਦੇ ਪਾਠ ਔਰ ਵਿਗਿਆਨ ਦੁਆਰਾ ਇਸ ਜੀਵਨ ਦੀ ਨਾਸਵੰਤਤਾ ਬਾਰੇ ਗਿਆਨ ਔਰ ਅਧਿਆਤਮਿਕ ਜੋ ਚਿੰਤਨ ਹੈ ਉਸ ਰਾਹੀਂ ਇਨਸਾਨ ਨੂੰ ਬਹੁਤ ਭਾਣਾ ਮੰਨਣ ਦਾ ਉਪਦੇਸ਼ ਦਿੱਤਾ ਗਿਆ ਹੈ। ਪਰ ਇਸ ਦੇ ਬਾਵਜੂਦ ਜੋ ਇਨਸਾਨੀ ਅਨੁਭਵ ਹੁੰਦੇ ਨੇ, ਜੋ ਜਜ਼ਬਾਤ ਹੁੰਦੇ ਨੇ, ਉਹ ਆਪਣੀ ਥਾਂ ਜ਼ਰੂਰ ਉੱਭਰ ਕੇ ਆਉਂਦੇ ਨੇ। ਇਸ ਕਰਕੇ ਅਸੀਂ ਉਹਨਾਂ ਦੀ ਯਾਦ ਨਹੀਂ ਭੁਲਾ ਸਕਦੇ। ਜੀਵਨ ਔਰ ਮੌਤ ਇਵੇਂ ਹੈ ਜਿਵੇਂ ਇੱਕ ਵਗਦਾ ਸਾਰਾ ਜੀਵਨ ਹੋਏ ਔਰ ਕਿਨਾਰਾ ਮੌਤ ਹੋਵੇ। ਤਨੀ ਰਾਮ ਚਾਤਰ ਸਿੰਘ ਨੇ ਕਿਹਾ ਕਿ ਜਿਹੜਾ ਜੀਵਨ ਹੈ ਇੱਕ ਨਿਆਮਤ, ਮੌਤ ਹੈ ਹਕੀਕਤ, ਇੱਕ ਵਹਿਮ ਹੈ ਹਯਾਤੀ ਔਰ ਮੌਤ ਹੈ ਕਿਨਾਰਾ। ਜੋ ਹਯਾਤੀ ਹੈ ਉਹ ਇੱਕ ਵਗਦੇ ਦਰਿਆ ਅੰਦਰ ਹੈ ਔਰ ਮੌਤ ਉਹ ਦਰਿਆ ਥੱਲੇ ਰਹਿੰਦਾ ਹੈ। ਇਹ ਬੜੇ ਵੇਗਮਈ ਜੀਵਨ ਨੂੰ ਜੋ ਕਿ ਸਾਨੂੰ ਜੁਦਾ ਹੋਏ ਨੇ। ਇਸ ਵਕਤ ਮੈਨੂੰ ਸਿਰ ਸਰੋਪ ਸਿੰਘ ਜੀ ਦਾ ਉਹਨਾਂ ਦੇ ਨਾਲ
ਸਮਾਂ ਬਤਾਉਣਾ ਯਾਦ ਆਉਂਦਾ। ਔਰ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਸੇਠ ਜੀ ਨੇ ਜੋ ਨਾਮ ਮਸੂਬਾ ਔਰ ਸਤਿਗੁਰੂ ਜੀ ਦੇ ਘਰ ਦੇ ਵਿੱਚ ਹੁਕਮ ਮੰਨਣ ਦੀ ਜੋ ਪਰੰਪਰਾ ਪਾਈ ਹੈ, ਜੋ ਸੇਵਾ ਦੀ ਤਿਆਗ ਦੀ ਉਹਨਾਂ ਦੇ ਘਰ ਗੱਲ ਚੱਲ ਸਕੀ ਹੈ, ਦੇਸ਼ਾਂ ਵਿਦੇਸ਼ਾਂ 'ਚ ਜੋ ਵਪਾਰਕ ਤੌਰ 'ਤੇ ਔਰ ਪਰਿਵਾਰਕ ਤੌਰ 'ਤੇ ਨਾਮਾਂ ਕੱਟ ਸਕੇ ਨੇ, ਇਸ ਦੇ ਪਿੱਛੇ ਬੀਬੀ ਬਿੰਦਰ ਕੌਰ ਜੀ ਦਾ ਬਹੁਤ ਵੱਡਾ ਹੱਥ ਸੀ। ਮੈਂ ਸਮਝਦਾ ਕਿ ਉਹਨਾਂ ਦੀ ਵਿਦਾਈ ਦਾ ਜੋ ਸਲ ਹੈ ਉਹ ਸੇਠ ਜੀ ਮਹਿਸੂਸ ਕਰਦੇ ਹੋਣਗੇ, ਪਰ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਜਿੰਨੇ ਵੱਡੇ ਸਿੱਖ ਉਨੇ ਵੱਡੇ ਇਮਤਿਹਾਨ ਹਨ। ਭਾਈ ਗੁਰਦਾਸ ਜੀ ਨੇ ਤਾਂ ਲਿਖਿਆ ਹੀ ਹੈ, ਗੁਰਸਿੱਖੀ ਬਾਰੇ ਜੀ ਸਾਹਿਬ ਦੇ ਅਰਦਾਸ ਲਈ ਲਿਖੀ, ਜਿੱਥੇ ਉਹ ਛੋਟੇ ਤੋਂ ਛੋਟਾ ਦਾਣਾ ਨਹੀਂ ਟਿਕ ਸਕਦਾ, ਜਿੱਥੇ ਕੀੜੀ ਨਹੀਂ ਚੱਲ ਸਕਦੀ, ਐਡੀ ਬਾਰੀਕ ਤਲਵਾਰ ਕਰਨੀ ਸਿੱਖੀ, ਉਸ ਦੇ ਉੱਤੇ ਸਿੱਖਾਂ ਨੂੰ ਚੱਲਣਾ ਪੈਂਦਾ ਹੈ। ਔਰ ਕਹਿੰਦੇ ਅਜਿਹੇ ਸਿੱਖ ਹੁੰਦੇ ਨੇ, ਉਹ ਆਦਰਸ਼ਕ ਹੁੰਦੇ ਨੇ, ਉਹ ਦੂਸਰੇ ਲਈ ਮਿਸਾਲ ਹੁੰਦੇ ਨੇ। ਮੈਂ ਆਸ ਕਰਦਾ ਕਿ ਜੋ ਸਤਿਗੁਰਾਂ ਨੇ ਐਡਾ ਬਾਰੀ ਇਮਤਿਹਾਨ ਸੇਠ ਜੀ ਅੱਗੇ ਪਾਇਆ, ਜਿਵੇਂ ਅਗਲੇ ਇਮਤਿਹਾਨਾਂ ਦੇ ਵਿੱਚ ਪਾਸ ਹੋਏ ਨੇ, ਸਤਿਗੁਰੂ ਜੀ ਕਿਰਪਾ ਕਰ ਔਰ ਇਹ ਜੋ ਨਵਾਂ ਇਮਤਿਹਾਨ ਹੈ ਇਹਦੇ ਵਿੱਚੋਂ ਸੇਠ ਜੀ ਮੁੜ ਕੇ ਪਾਸ ਹੋਣ, ਔਰ ਕੇਵਲ ਆਪਣੇ ਪਰਿਵਾਰ ਨੂੰ ਹੀ ਨਾ ਸੰਭਾਲਣ ਬਲਕਿ ਸਮੂਹ ਸੰਗਤ ਔਰ ਮਿਲਣ ਗਿਲਣ ਵਾਲਿਆਂ ਨੂੰ ਅੱਗੇ ਵਧਣਾ ਹੀ ਉਹ ਸਾਡੇ ਪ੍ਰੇਰਨਾ ਦਾ ਸਰੋਤ ਰਹਿਣ। ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਬੀਬੀ ਜੀ ਬਾਰੇ ਇਹਦੀ ਗੱਲ ਕਰਾਂਗਾ, ਸੰਬਤ ਸਾਰਾ ਲਿਖਿਆ ਮਿਲ ਕਰ ਬਾਹੋ ਦੇਵ ਦੇਹੋ ਸੱਜਣ ਦੀ ਛੜੀਆ ਜੇ ਹੋਵੇ ਸਾਰਾ ਸ਼ੋਭੇ। ਧੰਨਵਾਦ। ਆਪ ਜੀ ਦੇ ਸਾਹਮਣੇ ਸੇਠ ਜਗਦੀਸ਼ ਸਿੰਘ ਜੀ ਨਿਰੁਲਾ ਬੈਂਕੋਕ ਤੋਂ ਆਪਣੇ ਸਾਹਮਣੇ ਹੈ। ਪੂਜਨ ਸ੍ਰੀ ਸਤਿਗੁਰੂ ਜੀ ਅਤੇ ਪਰਮ ਸਤਿਕਾਰਯੋਗ ਸਤਿਗੁਰੂ ਜੀ, ਅੱਜ ਅਸੀਂ ਸਾਰੇ ਭੈਣ ਮਹਿੰਦਰ ਕੌਰ ਜੀ ਦੇ ਆਤਮ ਸ਼ਾਂਤੀ ਦੇ ਅੰਤਮ ਅਰਦਾਸ ਦੇ ਵਿੱਚ ਸਭ ਸ਼ਾਮਲ ਹੋਏਗਾ। ਆਪ ਇਹ ਬਲੀ ਪ੍ਰਸਾਦ ਜਾਣਦੇ ਹੋ, ਇਨਸਾਨ ਦੇ ਵਾਸਤੇ ਇਹ ਕੋਈ ਪ੍ਰਸਾਦ ਨਹੀਂ ਹੈਗਾ ਕਿ ਪਹਿਲੇ ਜਨਮ ਲੈਣਾ ਅਤੇ ਉਹ ਪਿਤਾ ਜਿਸਦਾ ਸ੍ਰੀ ਸਾਹੂ ਪ੍ਰਤਾਪ ਸਿੰਘ ਜੀ ਮਹਾਰਾਜ ਜਿਹਨਾਂ ਨੂੰ ਇਨਸਾਫ ਕਰਕੇ ਬੁਲਾਉਂਦੇ ਸੀ, ਜੋ ਕਿ ਸੰਤ ਖਜਾਨ ਸਿੰਘ ਜੀ ਇਨਸਾਫ, ਉਹਨਾਂ ਦੇ ਜਨਮ ਤੋਂ ਬਾਅਦ ਜਦ ਉਹਨਾਂ ਦੀ ਆਯੂ ਤਕਰੀਬਨ 15 ਸਾਲ ਦੀ ਹੋਈ ਤਾਂ ਉਹਨਾਂ ਦਾ ਆਨੰਦ ਕਾਰਜ ਤੇ ਤਰਲੋਕ ਸਿੰਘ ਜੀ ਦੇ ਨਾਲ ਹੋਇਆ, ਜੋ ਕਿ ਉਸ ਪਰਿਵਾਰ ਦੇ ਵਿੱਚ ਉਹ ਜਾ ਕੇ ਨੂੰਹ ਬਣੇ ਸੰਤ ਪੂਰਾ ਸਿੰਘ ਜੀ। ਇਹ ਕੋਈ ਛੋਟੀ ਜਿਹੀ ਦੇਰ ਨਹੀਂ ਹੁੰਦੀ ਹੈ ਕਿ ਇਹੋ ਜਿਹਾ ਮੇਲ ਮਿਲਾਪ ਹੋਣਾ। ਇਸ ਤੋਂ ਵੀ ਉਹ ਮਹਾਨ ਆਤਮਾ ਸੀ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ
ਤਨ ਮਨ ਅਤੇ ਧਨ ਦੇ ਨਾਲ ਸੇਵਾ ਕੀਤੀ। ਥੋੜੇ ਇਨਸਾਨ ਇਸ ਦੁਨੀਆਂ ਦੇ ਵਿੱਚ ਆਉਂਦੇ ਹਨ ਕਿ ਜੋ ਕਿ ਤਨ ਮਨ ਅਤੇ ਧਨ ਦੇ ਨਾਲ ਸੇਵਾ ਕਰਦੇ ਹਨ ਅਤੇ ਨਾਲ ਨਾਲ ਆਪਣੇ ਗੁਰੂ ਆਪਣੇ ਪ੍ਰੀਤਮ ਦਾ ਹੁਕਮ ਜੋ ਹੈ ਉਹ ਹਮੇਸ਼ਾ ਹੀ ਆਪਣੇ ਤੇ ਉਹਨੂੰ ਵਰਤਿਆ ਹੈ, ਉਹਨੂੰ ਮੰਨਿਆ ਹੈ। ਮੇਰੇ ਮਾਤਾ ਜੀ ਕਹਿੰਦੇ ਹੁੰਦੇ ਸੀ, ਸਿੱਖਿਆ ਸਾਨੂੰ ਦਿੰਦੇ ਹੁੰਦੇ ਸੀ ਕਿ ਬੱਚਾ ਇਸ ਇਨਸਾਨ ਦੇ ਰੂਪ ਦੇ ਵਿੱਚ ਜਦ ਆਇਆ ਹੈ, ਕਮਾਈ ਕੀਤੀ ਹੈ, ਇਸ ਕਮਾਈ ਦਾ ਲਾਭ ਉਹ ਹੀ ਹੈ ਕਿ ਸਾਧ ਸੰਗਤ ਦੀ ਸੇਵਾ ਕਰਨੀ ਅਤੇ ਗੁਰੂ ਘਰ ਦੇ ਨਾਲ ਪ੍ਰੇਮ ਕਰਕੇ ਜੋ ਆਪਣੀ ਧਨ ਦੀ ਕਮਾਈ ਹੈ, ਮਨ ਦੀ ਹੈ, ਤਨ ਦੀ ਹੈ, ਉਹ ਗੁਰੂ ਘਰ ਦੇ ਉੱਤੇ ਅਰਪਣ ਕਰ ਦੇਣੀ। ਸੋ ਇਹ ਜੋ ਮਿਸਾਲ ਹੈ ਉਹ ਮੈਂ ਭੈਣ ਮਹਿੰਦਰ ਕੌਰ ਜੀ ਦੇ ਜੀਵਨ ਦੇ ਵਿੱਚ ਜਦ ਉਹ ਹੋਈ ਸੰਭਾਲੀ ਹੈ ਇਹ ਦੇਖੀ ਹੈ ਕਿ ਉਹਨਾਂ ਨੇ ਕੋਈ ਵੀ ਵਕਤ ਕੋਈ ਵੀ ਟਾਈਮ ਐਸਾ ਨਹੀਂ ਕੱਢਿਆ ਜਦ ਕਿ ਉਹਨਾਂ ਨੇ ਸੇਵਾ ਦੇ ਵਿੱਚ ਮਨ ਧਨ ਅਤੇ ਤਨ ਨੂੰ ਨਹੀਂ ਲਗਾਇਆ। ਸੋ ਆਪ ਇਹ ਸਭ ਦੇਖ ਰਹੇ ਹੋ, ਇਤਨੀ ਇਕੱਤਰਤਾ ਹੋਣੀ ਅਤੇ ਉਹਨਾਂ ਦੀ ਜੀਵਨੀ ਉੱਤੇ ਆਪ ਸਭ ਨੇ ਵਿਦਵਾਨਾਂ ਪਾਸੋਂ ਸੁਣਿਆ ਹੀ ਹੈ। ਸੋ ਫਿਰ ਵੀ ਇਹ ਜਿਹੜੀ ਸਾਬਰ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਹੈ, ਜਿਹਦੇ ਹੁੰਦੀ ਹੈ ਉਹਨੂੰ ਇਹ ਜੀਵਨੀ ਮਿਲਦੀ ਹੈ। ਪਰ ਅੱਜ ਇਹ ਸਮੇਂ ਤੇ ਚਲੇ ਜਾਣਾ, ਇਤਨੀ ਜਲਦੀ ਜਾਣਾ, ਇਹ ਇੱਕ ਖੇਡ ਰੋਪੀ ਜੀ ਵਾਸਤੇ ਬੜਾ ਵੱਡਾ ਸਦਮਾ ਹੈ। ਪਰ ਮੈਂ ਫਿਰ ਵੀ ਆਸ ਕਰਾਂਗਾ, ਸ੍ਰੀ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਖੜੇ ਕਰ ਰਹਾ ਹਾਂ, ਇਹ ਸੱਚੇ ਪਾਤਸ਼ਾਹ ਜੀ ਉਹ ਜਿਵੇਂ ਕਿ ਇਹ ਜੀਵਨੀ ਭੈਣ ਜੀ ਨੂੰ ਆਪ ਜੀ ਨੇ ਬਖਸ਼ੀ ਸੀ, ਇਹ ਕੁਛ ਦੀਨਾ ਮਾਤਰ ਸਾਨੂੰ ਵੀ ਸਿੱਖਿਆ ਮਿਲੇ, ਉਹਨਾਂ ਦੇ ਜੀਵਨੀ ਵੱਲੋਂ ਵੇਖ ਕੇ ਅਸੀਂ ਵੀ ਕੁਛ ਸਾਧ ਸੰਗਤ ਦੀ ਸੇਵਾ ਅਤੇ ਗੁਰੂ ਘਰ ਦੇ ਨਾਲ ਪਿਆਰ ਕਰ ਸਕੀਏ। ਅਤੇ ਨਾਲ ਨਾਲ ਇਹ ਅਰਦਾਸ ਕਰਦਾ ਹਾਂ, ਇਹ ਸ੍ਰੀ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਭੈਣ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਹਮੇਸ਼ਾ ਲਈ ਨਿਵਾਸ ਬਖਸ਼ਣਾ ਅਤੇ ਪਿੱਛੇ ਤੇ ਸਰੋਪ ਸਿੰਘ ਜੀ ਉਹਨਾਂ ਦੇ ਸਾਰੇ ਪਰਿਵਾਰ ਨੂੰ ਅਤੇ ਉਹਨਾਂ ਦੇ ਵੀਰਾਂ ਨੂੰ ਉਹਨਾਂ ਦੇ ਸਰਬੱਤੀਆਂ ਨੂੰ ਪਾਲਾ ਮੰਦਰ ਦਾ ਬਲ ਬਖਸ਼ਣਾ। ਅਤੇ ਇਸ ਸਮੇਂ ਦੇ ਉੱਤੇ ਮੈਂ ਨਾਮ ਤਾਰੀ ਸੰਗਤ ਅਸਾਇਰਤ ਵੱਲੋਂ ਸੇਠ ਜੀ ਅਤੇ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਪੇਸ਼ ਕਰਦਾ ਹਾਂ। ਮੈਨੂੰ ਮਾਤਾ ਮਹਿੰਦਰ ਕੌਰ ਜੀ ਦਾ ਜੋ ਪਿਆਰ ਹੈ, ਜੋ ਮੈਨੂੰ ਬਚਪਨ ਤੋਂ ਉਹਨਾਂ ਦੇ ਬਾਹਰ ਰਹਿਣ ਦਾ ਮੌਕਾ ਮਿਲਿਆ, ਉਹਨਾਂ ਦੇ ਬਾਹਰ ਸਿੰਗਾਪੁਰ ਰਹਿ ਕੇ ਜੋ ਮੈਨੂੰ ਉਹਨਾਂ ਦੀ ਸਿੱਖਿਆ ਸ੍ਰੀ ਤਰਲੋਕ ਸਿੰਘ ਜੀ ਨੇ ਅਤੇ ਮਾਤਾ ਮਹਿੰਦਰ ਕੌਰ ਜੀ ਨੇ ਦਿੱਤੀ, ਅਤੇ ਮੈਂ ਇਹ ਸਮਝਦਾ ਹਾਂ ਅੱਜ ਜੋ
ਸਾਰੇ ਸਾਰਾ ਸਮੀਪ ਸਤਿ ਵੱਲੋਂ ਉਹਨਾਂ ਦੀ ਸੰਸਥਾ ਦੇ ਜਨਕ ਖੇਤਰ ਐਸ ਪੀ ਟੋਕਾ ਸਾਹਿਬ ਦੇ ਰੱਖ ਦਿੰਦੀ ਹੈ ਉਹ ਆਉਣ ਸਤਿਗੁਰੂ ਕੀ ਪਿਆਰੀ ਸਾਧ ਸੰਗਤ ਆਜ ਹਮ ਸਭ ਯਹਾਂ ਇਕੱਠੇ ਹੋਏ ਬੀਬੀ ਅਜਿੰਦਰ ਕੌਰ ਯਾਦ ਮਹਾਰਾਜ ਸੰਦਰਸ਼ਨ ਸਿੰਘ ਜੀ ਨੇ ਸਮੇਂ ਤੇ ਸ਼ਾਮਲ ਹੋਣਾ ਥਾ ਲੇਕਿਨ ਕੁਛ ਐਸੇ ਕਾਰਨ ਬਣੇ ਉਹ ਸਵਯਮ ਨਹੀਂ ਆਏ ਉਹਨੇ ਭੇਜ ਦਿਆ ਜਾਂ ਔਰ ਮੇਰੇ ਸਾਥ ਭਗਤੀ ਸਾਥੀ ਆਏ ਔਰ ਸਤਿਗੁਰੂ ਔਰ ਸੁਖੇ ਸਤਿਗੁਰੂ ਸਭ ਯਹਾਂ ਹੈ ਮਹਾਰਾਜ ਦੇ ਕਾਲ ਸਤਿਗੁਰੂ ਜੀ ਵਾਮ ਹੈ ਉਨਕੋ ਮੇਰਾ ਮੱਥਾ ਟੇਕਣਾ ਦੇਖੀਏ ਬੀਬੀ ਮਹਿੰਦਰ ਕੌਰ ਜੀ ਕੋ ਮਹਾਰਾਜ ਨੇ ਈਸ਼ਵਰ ਨੇ ਆਪਣੇ ਜੀਵਨ ਮੇ ਦੁਨੀਆ ਕੀ ਸਭ ਚੀਜ਼ ਸੁੱਖ ਦੀ ਲੇਕਿਨ ਸਭ ਤੋਂ ਬੜੀ ਜੋ ਚੀਜ਼ ਹੈ ਉਹ ਇਹ ਹੈ ਕਿ ਇਨਸਾਨ ਦਾ ਮਨੁੱਖ ਜਨਮ ਇਨਸਾਨ ਕੋ ਬੜੇ ਭਾਵਾਂ ਤੋਂ ਮਿਲਦਾ ਹੈ 84 ਲੱਖ ਜੀਆ ਜੂਨ ਦਾ ਚੱਕਰ ਕਾਟਣੇ ਕੇ ਬਾਅਦ ਮਨੁੱਖ ਜਨਮ ਹੈ ਔਰ ਜੋ ਮਨੁੱਖ ਜੂਨੀ ਹੈ ਇਹ ਸਭ ਤੋਂ ਸ੍ਰੇਸ਼ਟ ਮਿਲੀ ਹੈ ਤਾਂ ਉਹ ਸਭ ਇਹ ਨਾ ਹੋ ਜਾਣ ਮੈਂ ਸਿਰਫ ਜਿਹੜਾ ਡਿਸਟਰੀ ਰੈਗੂਲੇਸ਼ਨ ਹੈ ਡਿਸਪੈਂਸਰੀ ਦਾ ਉਹ ਡਿਸਪੈਂਸਰੀ ਜਿਹਨੂੰ ਚਲਾਉਣ ਵਾਲੇ ਸਟੇਟ ਅਤੇ ਲੋਕ ਮੰਤਰੀ ਸਨ ਇਹਨਾਂ ਨੇ ਉਸਦੀ ਬੁਨਿਆਦ ਰੱਖੀ ਇਹ ਹੀ ਉਸਨੂੰ ਸੰਭਾਲ ਰਹੇ ਮੌਤ ਸੇ ਕਿਸ ਰਸਤਗਾਰੀ ਹੈ ਮੌਤ ਸੇ ਕਿਸ ਛੋਟਾ ਦੇ ਮਹਿਲ ਪਰ ਉਹਨਾਂ ਦੇ ਘਰ ਗਏ ਅਮੀਰ ਵੀ ਆਉਂਦੇ ਸਾਧੂ ਵੀ ਆਉਂਦੇ ਗਰੀਬ ਵੀ ਆਉਂਦੇ ਪਰ ਉਹਨਾਂ ਦੇ ਰਾਸਤੇ ਸਾਰਿਆਂ ਦਾ ਛੋਟਾ ਹੋਵੇ ਵੱਡਾ ਹੋਵੇ ਬੜਾ ਹੋਵੇ ਅਮੀਰ ਹੋਵੇ ਸਦਾ ਇਸ ਘਰ ਵਿੱਚ ਖੁੰਝਿਆ ਸ੍ਰੀ ਗੁਰੂ ਨਾਨਕ ਦੇਵ ਦੇ ਘਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਕਿਰਪਾ ਨਾਲ ਇੱਕ ਪਵਿੱਤਰ ਜੀਵਨ 25 ਪੁਸਤਕਾਂ ਦੀ ਜ਼ਿਕਰ ਹੁੰਦਾ ਹੈ ਤੇ ਜਿਹੜੇ ਜੋ ਅਮੀਰ ਹੁੰਦੇ ਉਹ ਕਦੀ ਸੁਣਵਾ ਦੇ ਪਾਸੇ ਕੀਮਤੀ ਵਾਲੇ ਪਾਸੇ ਨਹੀਂ ਜਾਂਦਾ ਜੇ ਕੋਈ ਇਹ ਆਦਮੀ ਕਹੇ ਕਿ ਮੈਂ ਇੱਕ ਕੂਫਾ ਦੀ ਕਿਤਾਬ ਸੂਈ ਦੇ ਨੱਕੇ ਵਿੱਚੋਂ ਗੁਜ਼ਰਦਿਆਂ ਦੇਖੀਏ ਤੇ ਸੰਭਵ ਹੋ ਸਕਦਾ ਪਰ ਜੇ ਕੋਈ ਇਹ ਕਹੇ ਕਿ ਇੱਕ ਸਰਮਾਇਆ ਇੱਕ ਮਹਾਨ ਪੁਰਸ਼ ਮਹਾਨ ਪੁਰਸ਼ ਜਿਹੜੀ ਰਜਵਾੜਾ ਮੈਂ ਸਵਰਗ ਦੇ ਜਾਂ ਈਸ਼ਵਰ ਦੀ ਦਰਗਾਹ ਵਿੱਚ ਜਾਂਦਾ ਦੇਖਿਆ ਇਹ ਗਲਤ ਮੇਰੇ ਗਿਆਨ ਦੇ ਵਿੱਚ ਇਹ ਪ੍ਰਭਾਵ ਜਿਹਦੇ ਉੱਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਸੱਤੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਦੀ ਸਤਿਗੁਰੂ ਰਾਮ ਸਿੰਘ ਜੀ ਦੀ ਮਹਾਨ ਕਿਰਪਾ ਰਹੀ ਹੈ ਔਰ ਇਸੇ ਕਿਸਮ ਦੇ ਨਾਮ ਉਚਾਰੀ ਪਰਿਵਾਰ ਵਿੱਚੋਂ ਅਨੇਕ ਪਰਿਵਾਰਾਂ ਵਿੱਚੋਂ ਇਹ ਪਰਿਵਾਰ ਸੀ ਜਿਹੜੇ ਇੰਨੇ ਮਾਇਆ ਦੇ ਹੁੰਦੇ ਹਨ ਕਿ ਉਸ ਅਸਾਸ ਵਿੱਚ ਉਡਾਰੀਆਂ ਗਾ ਦਿੰਦੇ ਹਨ ਭਾਵੇਂ ਧਰਤੀ ਵਿੱਚ ਸਾਰੇ ਸੰਸਾਰ ਨਾਲ ਖਲਬਤ ਕਰਦੇ ਪਰ ਇਹਨਾਂ ਦਾ ਨਿਸ਼ਾਨਾ ਹਮੇਸ਼ਾ ਹੱਥ ਕੱਟ ਵਿੱਚ ਪ੍ਰਕਾਸ਼ ਵਿੱਚ ਜਾ ਕੇ ਮੈਂ ਅੰਤ ਵਿੱਚ ਇਹ ਸਥਿਤੀ ਦੇ ਬੰਨ ਵਿੱਚ ਉਹਨਾਂ ਦੇ ਪਰਿਵਾਰ ਆਪਸ ਵਿੱਚ ਸੰਗਤ ਕਰਦਾ ਆਇਆ ਸਤਿ ਸਤਿ ਸੇਵਾ ਦੀ ਚਾਲ ਕਰਦਾ ਕਰਾਂਗਾ।
ਗੁਰੂ ਜੀ ਸਾਡੀ ਉਮਰ ਦੇ ਸਾਥ ਸੰਗਤ, ਅੱਜ ਅਸੀਂ ਸਰਦਾਰੀ ਸੇਠ ਤੋਂ ਲੋਕ ਸ੍ਰੀ ਚਾਵਲਾ ਨੂੰ ਅੰਤਮ ਸ਼ਰਧਾ ਦੀ ਭੇਟ ਕਰ ਰਹੇ ਹਾਂ। ਮੈਂ ਇਹ ਗੱਲ ਆਖਣ ਤੋਂ ਝਿਜਕ ਨਹੀਂ ਸਕਦਾ ਕਿ ਮਾਂ ਦੁਨੀਆਂ 'ਚ ਇੱਕ ਵੱਖਰੀ ਚੀਜ਼ ਹੈ, ਉਹ ਵੱਖਰੀ ਨਿਆਮਤ ਹੈ। ਇਹ ਮਾਂ ਹੀ ਹੈ ਜਿਹਦੀ ਭੁੱਖ ਵਿੱਚੋਂ ਗੁਰੂ ਨਾਨਕ ਪੈਦਾ ਹੋਏ, ਇਹ ਮਾਂ ਹੀ ਹੈ ਜਿਹਦੀ ਭੁੱਖ ਵਿੱਚੋਂ ਸੰਤ ਬਾਬਾ ਰਾਮ ਸਿੰਘ ਜੀ ਪੈਦਾ ਹੋਏ, ਇਹ ਮਾਂ ਹੀ ਹੈ ਜਿਹਦੀ ਭੁੱਖ ਵਿੱਚੋਂ ਬਾਬਾ ਜਗਜੀਤ ਸਿੰਘ ਜੀ ਪੈਦਾ ਹੋਏ, ਉਹ ਮਾਂ ਹੀ ਹੈ ਜਿਸ ਦੀ ਭੁੱਖ ਵਿੱਚੋਂ ਇਹ ਬੀਬੀ ਮਹਿੰਦਰ ਕੌਰ ਜੀ ਦੇ ਗੁਣ ਗਾਏ ਜਾ ਰਹੇ ਉਹ ਪੈਦਾ ਹੈ। ਮੁਸਲਮਾਨਾਂ ਦੇ ਕੁਰਾਨ ਵਿੱਚ ਹੈ ਮਾਂ ਨੂੰ ਇੰਨਾ ਉੱਚਾ ਦਰਜਾ ਦਿੱਤਾ ਗਿਆ ਜਿਸ ਦਾ ਹਿਸਾਬ ਹੀ ਕੋਈ ਨਹੀਂ। ਉਹਨੇ ਕਿਹਾ ਕਿ ਪੁੱਤਰ ਨੂੰ ਅਗਰ ਮਾਂ ਕਿਸੇ ਵੇਲੇ ਆਵਾਜ਼ ਮਾਰੇ ਜਿੱਥੇ ਕੋਈ ਖੜਾ ਉੱਥੋਂ ਹੀ ਖਿਆਲ ਮਾਰ ਦਿਓ ਤੇ ਗੁਰੂ ਬਹੁਤ ਜ਼ਿਆਦਾ ਉਹਨੇ ਮਾਰੀ ਜਾ। ਮਾਂ ਬਹੁਤ ਵੱਡੀ ਚੀਜ਼ ਸਮਝੀ ਗਈ ਹੈ ਤੇ ਜੇ ਪਿਓ ਆਵਾਜ਼ ਮਾਰੇ ਤਾਂ ਦੋਵੀਆਂ ਪਾਉਣੀਆਂ ਉਹਨੇ ਗੁਰਸਾਹ। ਮੈਂ ਮਾਤਾ ਮਹਿੰਦਰ ਕੌਰ ਜੀ ਦੇ ਦਰਸ਼ਨ ਕੀਤੇ ਨੇ। ਮੈਂ ਮਾਤਾ ਜੀ ਨਹੀਂ ਕਹਿਣਾ, ਮੇਰੀ ਜਿੱਤੀ ਦਾੜੀ ਹੈ, ਮੈਂ ਮਾਤਾ ਜੀ ਨਹੀਂ ਕਹਿੰਦਾ, ਉਹਨਾਂ ਦੇ ਕੰਮ ਸਾਡੇ ਮਾਤਾ ਦੇ ਜਾਣ। ਮੈਂ ਕਈ ਵੀ ਰੰਗ ਗਿਆ ਸੇਵ ਜੀ ਨੂੰ ਮਿਲਣ ਮਿੱਠੇ ਖੇੜੇ, ਜੋ ਸੇਵਾ ਜੋ ਉਸਨੇ ਸਤਿਕਾਰ ਆਏ ਗਏ ਬੰਦੇ ਦਾ ਕੀਤਾ ਉਹ ਮੈਂ ਜਾਣਦਾ ਜਾਂ ਤੁਸੀਂ ਜਾਣਦੇ। ਮਾਤਾ ਮਹਿੰਦਰ ਕੌਰ ਨੇ ਕਦੇ ਮੱਥੇ ਚੜੀ ਨਹੀਂ ਪਾਈ, ਨਾ ਪਾਇਆ ਦੇਵੀ ਨਾ ਕਿਸੇ ਕਰੀ, ਇਹ ਸਾਰੀ ਬੱਚੇ ਬਾਬਾ ਰਾਮ ਸਿੰਘ ਜੀ ਬਾਬਾ ਜਗਜੀਤ ਸਿੰਘ ਜੀ ਦੀ ਹੈ। ਮੈਂ ਇੱਕ ਬਾਬਾ ਜੀ ਦੀ ਗੱਲ ਸੁਣਾਉਣ ਲੱਗਾ। ਮੈਂ ਜਿਆਨੀ ਕਲਾਸਰੀ ਦਾ ਪੀ ਏ ਸਾਹਿਬ 12-18 ਸਾਲ ਰਿਹਾ। ਇੱਕ ਸਮਾਂ ਉਹ ਇਲੈਕਸ਼ਨ 'ਚ ਐਮ ਐਲ ਏ ਬਣੇ, ਐਮ ਐਲ ਏ ਉਹ ਕੋਰਟ ਵਿੱਚੋਂ ਟੈਂਸ਼ਨ ਹੋ ਗਏ। ਮੈਂ ਕੱਲ੍ਹ ਉਹਦੇ ਵਿਆਹ ਜਾ ਰਿਹਾ, ਇੱਥੇ ਮੇਰਾ ਬੱਚੇ 'ਚ ਬੈਠਾ ਲਾ ਗਿਆ ਪਛਾਣ ਕਹੀ ਜਾਂਦੀ ਹੈ ਕੌਮੀ ਏਕਤਾ ਦੇ ਰਜਿੰਦਰ ਸਿੰਘ, ਉਸਨੇ ਕਹਿ ਦਿੱਤੀ ਮੈਂ ਨਾ ਗਿਆ ਤੇ ਜਿਹੜੇ ਗੁਰਦੁਆਰਾ ਰਸ਼ੀਦ ਕਹਿ ਆਏ ਤੇ ਗਿਆਨੀ ਜੀ ਕਹਿੰਦੇ ਸਰਦਾਰਾ ਸਿੰਘ ਜੀ ਇੱਕ ਕਿਤਾਬ ਲੈ ਲੈ। ਮੈਂ ਕਿਹਾ ਗਿਆਨੀ ਜੀ ਕਿਹੜੀ ਕਿਤਾਬ? ਕੂਕਿਆਂ ਦੀ ਕਿਤਾਬ ਲੈਣੀ ਹੈ। ਮੈਂ ਕਿਹਾ ਸਤ ਬਚਨ। ਮੈਂ ਥੱਲੇ ਗੁਰਦੁਆਰੇ ਜਾ ਕੇ ਕਿਤਾਬਾਂ ਦੇ ਉੱਤੇ ਆਪਣੀ ਕਿਤਾਬ ਦੇ ਦੀ, ਉਹ ਕਹਿੰਦਾ ਰਾਮ ਸਿੰਘ ਦਾ ਕਿਤਾਬ ਹੈ ਦੇ ਦੇ। ਮੈਂ ਗਿਆਨੀ ਜੀ ਨੂੰ ਦਿੱਤੀ, ਗਿਆਨੀ ਜੀ ਉੱਥੋਂ ਸ਼ੀਸ ਕਹਿੰਦੇ ਗੁਰਦੁਆਰੇ ਪੜ੍ਹਨੀ ਸ਼ੁਰੂ ਕੀਤੀ। ਅਸੀਂ ਰੁਦਨਪੁਰ ਜਾਣਾ ਸੀ, ਵਕੀਲ ਨਾਲ ਗੱਲ ਕਰ, ਜਿਸ ਵੇਲੇ ਕਿਤਾਬ ਮੁੱਕੀ ਕਿਤਾਬ ਛੱਪ ਦਿੱਤੀ ਤੇ ਰੋਣਾ ਸ਼ੁਰੂ ਕਰ ਦਿੱਤਾ। ਕੰਮ ਅਜ ਕੰਮ ਅੱਧਾ ਘੰਟਾ ਗਿਆਨੀ ਜੀ ਰੋਂਦੇ ਰਹੇ, ਜਿਹੜੇ ਰੋ ਕੇ ਚੁੱਪ ਹੋਏ। ਮੈਂ ਕਿਹਾ ਗਿਆਨੀ ਜੀ ਕੀ ਗੱਲ ਹੈ, ਇਸ ਕਿਤਾਬ ਵਿੱਚ ਕਿਹੜੀ ਗੱਲ ਹੈ ਜਿਹੜੀ ਤੁਸੀਂ ਰੋਈ ਜਾਂਦੇ ਹੋ? ਰਾਮ ਸਿੰਘ ਬਣੇ, ਬਾਬਾ ਰਾਮ ਸਿੰਘ ਬਣੇ, ਇਹੋ ਜਿਹੇ ਬੰਦੇ ਹੋਏ। ਮੈਂ ਕਹਿੰਦਾ ਉਸੀ ਛਤਰ ਸਾਹਿਬ ਦੇ ਸਾਰੇ ਬੈਠੇ, ਉਸੀ ਬਰਕਤ ਦੇ ਸਾਰੇ ਸਾਹਿਬ ਬੈਠੇ। ਉਹ ਬਹੁਤ ਸਾਰੀਆਂ ਗੱਲਾਂ ਨਾਮ ਸਾਰੀਆਂ ਦਰਬਾਰ ਬਾਰੇ ਮੈਂ ਗੱਲਾਂ ਕਈ, ਮੈਨੂੰ ਪਤਾ ਮੈਂ ਅਕਾਲੀ ਹਾਂ, ਲੇਕਿਨ ਮੈਂ ਇਹਨਾਂ ਦੀ ਪੂਜਾ ਕਰਦਾ, ਹੋਰ ਤਰ੍ਹਾਂ ਦੀ ਪੂਜਾ ਕਰਦਾ, ਚੰਗੇ ਕੰਮਾਂ ਦੀ। ਪਿਛਲੇ ਦਿਨ ਚੰਦਰ ਦਾ ਮੈਚ ਹੋਇਆ, ਕਾਫੀ ਚਿਰ ਦੀ ਗੱਲ ਹੈ, ਬਾਬਾ ਜੀ ਨੇ ਹੁਕਮ ਦਿੱਤਾ
ਖਬਰਦਾਰ ਕੋਈ ਬੰਦਾ ਨੰਗੇ ਸਿਰ ਨਿਕਲ ਕੇ ਬੱਚੇ ਸਨ। ਉਹਨੇ ਕਿਹਾ ਨਹੀਂ ਐਸਾ ਹੀ ਹੋਇਆ, ਹਰ ਬੱਚਾ ਪਗੜੀ ਬੰਨੇ। ਉਹਨੇ ਕਿਹਾ ਬਾਬਾ ਜੀ ਬੱਚੇ ਖੇਡਣਗੇ ਤੇ ਪਗੜੀ ਡਿੱਗ ਪੈਗੀ ਫਿਰ ਬੰਨਣ। ਗੁਰੂ ਗ੍ਰੰਥ ਸਾਹਿਬ ਮਹਾਰਾਜਾ ਸਨ ਮਾਤਾ ਜੀ ਕਾ ਜੀ ਜੂਏ ਪੀਏ ਕਰ ਪਿਆ ਵਾਸੀਆਂ ਰਹਿਣੀਆਂ ਸੁੱਤੇ ਰਹਿਣੀਆਂ ਨਾਮ ਸਾਡੀ ਦਰਬਾਰ ਨੇ ਨਹੀਂ ਕਰ ਕਿਸੇ ਮਹਾਰਾਜ ਦਾ ਪਾਠ ਕਰ ਗਿਆ ਕਿਸੇ ਬੰਦੇ ਨੇ ਕਿਹਨੂੰ ਬੈਠ ਪੈਗਾ ਬਾਰ ਬਾਰ ਉਸ ਨੂੰ ਸ਼ਾਨ ਕਰਨਾ ਪਏ ਕਿੰਨੀ ਉੱਚੀ ਗੱਲ ਬੰਦੀ ਜਾ ਰਹੀ। ਲੇਕਿਨ ਇਹ ਗੱਲਾਂ ਇੱਕ ਪਾਸੇ ਲਈਆਂ, ਮੈਂ ਦੂਏ ਪਾਸੇ ਚਲਾ ਗਿਆ। ਮੈਂ ਬੀਬੀ ਮਹਿੰਦਰ ਕੌਰ ਤੇ ਸਰਦੋਲ ਸਿੰਘ ਜੀ ਦਾ ਜ਼ਾਤੀ ਤੌਰ ਤੇ ਸੰਬੰਧ ਥਾ ਕਿਉਂਕਿ ਮੈਨੂੰ ਇਹਨਾਂ ਦੇ ਨੇੜੇ ਕਰਨ ਵਾਲਾ ਸਰਦਾਰ ਬਹਾਦਰ ਸਿੰਘ ਹੈ। ਬਹਾਦਰ ਸਿੰਘ ਨੇ ਮੈਨੂੰ ਜਿੱਦਣ ਗਿਆ ਉਹ ਸਰਦਾਰਾ ਸਿੰਘਾ ਉਦੋਂ ਵਰਕੇ ਦੇ ਸਾਰੀ ਜ਼ਿੰਦਗੀ ਜਿਹੜਾ ਅੱਜ ਕੱਟੀ ਸਾਰਾ ਗੇਰ ਕੱਟੀ ਗਿਆ ਖੇਡਣ ਖਰਾਬ ਹੁੰਦਾ ਰਿਹਾ ਜਾਂ ਫਿਰ ਸਰਦੋਲ ਸਿੰਘ। ਮੈਂ ਕਿਹਾ ਉਸਦੇ ਕੀ ਲੱਗੇਗਾ, ਕਹਿੰਦਾ ਜੋ ਮੰਨੇਗਾ ਮਿਲੇਗਾ। ਅੱਛਾ ਮੈਂ ਗਿਆ ਪਹਿਲੀ ਵੇਰਾ, ਮੈਂ ਤਾਂ ਫਿਰ ਵੀ ਮਾਇਆ ਨਹੀਂ ਚਾਹੀਦੀ ਹੈ ਜਾ ਬਾਈ ਬਸਤਰ ਕੇ ਮੈਂ ਤਾਂ ਸੇਠ ਬਾਦਲ ਸਿੰਘ ਨੇ ਕਹਿੰਦਾ ਬਸਤਰ ਵੀ ਲਿਆਏ ਰੇਜ ਵੀ ਕਹਿੰਦੇ ਲਓ ਪਹਿਲੀ ਦਿੱਤਾ ਕਹਿੰਦੀ ਨਾ ਦਿੱਤਾ ਤੂੰ ਮੈਂ ਬਾਬਾ ਜੀ ਦੇ ਹੋਰ ਵਾਹਵਾ ਹੋਈ। ਮੈਂ ਸ਼ੇਰ ਪ੍ਰਲੋਕ ਸਿੰਘ ਦੇ ਨਾਲ ਇਹਨਾਂ ਦੇ ਬੱਚਿਆਂ ਨਾਲ ਕਿਉਂਕਿ ਮੈਂ ਤੁਹਾਨੂੰ ਦੱਸਿਆ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹੁੰਦਾ। ਚਲੋ ਕਹਿ ਦਿੰਦਾ ਬਾਬੇ ਦੇ ਰਾਜ ਵਿੱਚ ਜੋ ਮਰਜ਼ੀ ਕਹਿ ਦਿੰਦੇ ਇਕੱਲੀ ਜਗ੍ਹਾ ਕਹਿ ਲਓ। ਮੈਂ ਇੱਕ ਮਾਂ ਦਾ ਦਰਜਾ ਇੱਕ ਹੋਰ ਬੜੀ ਗੱਲ ਦੱਸਣ ਲੱਗਾ। ਇੱਕ ਵੇਸਵਾ ਨਾਲ ਇੱਕ ਬੰਦੇ ਦਾ ਪਿਆਰ ਹੋ ਗਿਆ। ਹੁਣ ਕਿਹਾ ਮੈਂ ਤੇਰੇ ਨਾਲ ਤਾਂ ਵਿਆਹ ਕਰਾਂਗੀ ਜਿਹੜਾ ਮਾਂ ਦਾ ਕਲੇਜਾ ਕੱਢ ਲਿਆ ਮੇਰੇ ਭਰਾ ਸਾਰਿਆਂ ਨੇ ਮੈਨੂੰ ਯਕੀਨ ਮੈਨੂੰ ਵਿਸ਼ਵਾਸ ਕਿਸ ਗੱਲ ਦਾ ਸਵਰਗ ਨਾਲ ਸਭ ਇੱਥੇ ਕਿਵੇਂ ਇਹ ਜੋ ਮਹਿਮਾਨ ਲੰਗਰ ਮੈਂ ਚੇਤਾ ਲੰਗਰ ਚੁੱਕਿਆ ਪ੍ਰਸ਼ਾਦਾ ਚੱਕਰ ਮੇਰੇ ਮਨ ਨੂੰ ਸੰਗੀ ਨਹੀਂ ਹੋਈ ਲੰਗਰ ਦੇ ਪ੍ਰਸ਼ਾਦੇ ਉਹ ਜੰਗ ਸਿੰਘਾਂ ਵਾਲੀ ਸੰਗਤਾਂ ਨੇ ਕਰਦਿਆਂ ਨੇ ਵਧੀਆ ਪ੍ਰਸ਼ਾਦੇ ਨਹੀਂ ਸਨ ਪਰ ਚਲੋ ਗੁਰੂ ਦਾ ਲੰਗਰ ਸਮਝ ਕੇ ਆ ਕੋਈ ਚੰਗੀ ਗੱਲ ਅਤੇ ਸਭ ਗੱਲਾਂ ਬਖਸ਼ਿਸ਼ ਰਹਿਣ ਮਹਾਰਾਜ ਜੀ ਇਹ ਹੈ। ਔਰ ਮੈਂ ਸਮਝਾਂ ਸਭ ਤੋਂ ਵੱਡੀ ਗੱਲ ਮੈਂ ਅੰਤ ਵਿੱਚ ਇੱਕ ਕਹਿਣੀਆਂ ਹੁੰਦੀਆਂ ਨਾ ਹੋਏ ਪਹਿਲੇ ਸਭ ਕੁਝ ਹੋਵੇ ਧੀਏ ਲੱਗੇ ਹੋਣ ਲੋਕਾਂ ਦੀ ਅਤੇ ਫਿਰ ਮਾਣ ਨਾ ਹੋਏ ਸਭ ਨੂੰ ਵੱਡੀ ਸੇਖ ਕਲੋਰ ਸਿੰਘ ਬੀਬੀ ਮਹਿੰਦਰ ਕੌਰ ਵਿੱਚ ਮਾਣ ਹੀ ਸੀ ਅਨਕਾਰ ਉਹ ਨੀਵੇਂ ਸਗੌੜਾ ਆਏ ਉਹ ਮਾਧਿਅਮ ਕੇ ਚਲੇ ਆਵੇ ਮਹਾਰਾਜ ਕੋਲ ਕਹਿੰਦੇ ਨਾ ਅਗਰ ਸੱਚੇ ਮਹਾਰਾਜ ਚੱਲਦੇ ਆ ਪੁਸਤਕ ਕਰੇ ਜਹਾਨ ਜਿਹੜਾ ਚੰਗੀ ਗੱਲ ਵਾਸਤੇ ਜਾਏ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਸੱਚੇ ਮਹਾਰਾਜ ਚੱਲਿਆ ਪੁਸਤਕ ਕਰੇ ਜਹਾਨ ਮਿਹਰਬਾਨ ਦੋਸਤ ਉਹਦੇ ਵਿੱਚ ਲਾਤਾ। ਮੈਂ ਇਹਨਾਂ ਪੰਜਾਬ ਆਪਣੇ ਪਰਿਵਾਰ ਵੱਲੋਂ ਆਪਣੀ ਸਰਕਾਰੀ ਵੱਲੋਂ ਆਪਣੇ ਵੱਲੋਂ ਖੇਡ ਜੀ ਦੇ ਪਰਿਵਾਰ ਨਾਲ ਨਹੀਂ ਪ੍ਰਗਟ ਕਰਦਾ ਹੋਇਆ ਆਪ ਵਾਹਿਗੁਰੂ ਜੀ ਕਾ ਖਾਲਸਾ।
ਸਰਦਾਰ ਮਹਿੰਦਰ ਸਿੰਘ ਜੀ ਖੇਡੀ ਮਹਿੰਦਰ ਸਿੰਘ ਖੇਡੀ ਬੈਂਕੋਕ ਤੋਂ ਆਏ ਹੋਏ ਸਨ ਤੇ ਇਹ ਮੇਰਾ ਖਿਆਲ ਹੈ ਸਭ ਸੱਜਣਾਂ ਨੂੰ ਪਤਾ ਲੱਗ ਹੀ ਗਿਆ ਹੋਇਆ ਥੋੜ੍ਹੇ ਤੋਂ ਅਸੀਂ ਸਾਰੀ ਗੱਲ ਕਰਾਂਗੇ। ਸ੍ਰੀ ਸਤਿਗੁਰੂ ਜੀ ਅਤੇ ਮਾਨਯੋਗ ਪਿਆਰੇ ਸਾਧਨ ਜੀਓ, ਪਰਮ ਆਤਮਾ ਜਿਹੜੀ ਸਤਿਗੁਰੂ ਦਾ ਬਖਸ਼ੀ ਹੋਈ ਹੈ, ਅੱਜ ਉਹਨਾਂ ਨੂੰ ਇਤਨਾ ਸਨਮਾਨ ਮਿਲਿਆ ਹੈ, ਦੇਖ ਕੇ ਇਹਦਾ ਅਜਿਹਾ ਪ੍ਰਭੂ ਦੀ ਬਣਾਈ ਗਈ ਇਸ ਰਚਨਾ ਦੇ ਵਿੱਚ ਹਰ ਕਿਸੇ ਨੇ ਜਾਣਾ ਹੈ, ਚਾਹੇ ਅਮੀਰ ਹੈ, ਗਰੀਬ ਹੈ, ਬਾਦਸ਼ਾਹ ਹੈ, ਦਰਵੇਸ਼ ਹੈ, ਨਬੀ ਹੈ, ਔਲੀਆ ਹੈ, ਸਭ ਉਸਦਾ ਬੁਲਾਵਾ ਆਉਣਾ ਹੈ। ਬਾਦਸ਼ਾਹ ਹੈ ਮਤਲਬ ਕਿ ਦਰਵੇਸ਼ ਬੇਨਵਾਜ਼ ਨਰਦਾਰ ਹੈ, ਅਮੀਰ ਕੇ ਮੁਹਤਾਜ ਹੈ, ਗਦਾ ਯਕਸਾਂ ਹੈ ਉਸੇ ਅਨਬੀਆ, ਯਕਸਾਂ ਹੈ ਉਸੇ ਔਲੀਆ, ਨਾ ਕੋਈ ਰਿਸ਼ੀ ਬਚਾ ਹੈ, ਨਾ ਕੋਈ ਮੁਨੀ ਬਚਾ, ਉਸਕੀ ਸਲਾਹ ਆਮ ਮੋ ਨਜ਼ਦੀਕ ਕੋ ਦੂਰ ਹੈ, ਆਇਆ ਹੈ ਜੋ ਯਹਾਂ ਉਸੇ ਜਾਣਾ ਜ਼ਰੂਰ ਹੈ। ਹਰ ਕਿਸੇ ਨੇ ਚਲੇ ਜਾਣਾ, ਪਰ ਅੱਜ ਉਹ ਜਿਹੜੀ ਕਮਾਈ ਆ ਕਰੇ ਸੰਸਾਰ ਤੋਂ ਮਿਲਿਆ ਹੋਇਆ ਹੈ, ਹਰ ਜ਼ਬਾਨ ਤੇ ਉਸਦੀ ਸ਼ੋਭਾ ਹੈ, ਉਹਨਾਂ ਦੀ ਵਡਿਆਈਆਂ, ਉਹਨਾਂ ਦੇ ਗੁਣਾਂ ਦਾ ਜ਼ਿਕਰ ਜਿੰਨਾ ਕਰਕੇ ਉਹ ਥੋੜ੍ਹਾ ਹੈ, ਦਸ ਨੂੰ ਦਸ ਤਜਰਬਾ ਹੈ। ਜਦਕਿ ਸੱਚੇ ਪਾਤਸ਼ਾਹ ਜੀ ਜੰਗੋ ਪਦਾਰਦੇ ਹਨ, ਆਪ ਤਨ ਮਨ ਕਰਕੇ ਆਪਣੀ ਅਨੇਕ ਸੇਵਾ ਕਰਕੇ ਜੋ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਖਜ਼ਾਨੇ ਭਰਪੂਰ ਕੀਤੇ, ਮੈਂ ਬੜੇ ਗੌਰਵ ਨਾਲ ਕਹਿ ਸਕਦਾ ਹਾਂ ਕਿ ਜਿੱਥੇ ਉਹਨਾਂ ਨੂੰ ਸਤਿਗੁਰੂ ਜੀ ਨੇ ਬਖਸ਼ੇ ਹੋਏ ਸੇਵਕ ਲੋਕ ਸਮਝਾਏ, ਸਤਿਗੁਰੂ ਜੀ ਦੇ ਸੱਚੇ ਸੇਵਕ ਪਤੀ ਮਿਲੇ, ਉਹ ਸੁਹਾਗ ਮਿਲਿਆ, ਉਸਦੇ ਨਾਲ ਨਾਲ ਉਹਨਾਂ ਨੂੰ ਉਹ ਫਿਰ ਸੁਹਾਗ ਵੀ ਮਿਲਿਆ, ਜਿਸ ਨੂੰ ਪਾ ਕੇ ਇਹ ਆਤਮਾ ਸਦਾ ਸਦਾ ਲਈ ਸੱਚ ਧਾਮ ਸੱਚ ਖੰਡ ਪਹੁੰਚ ਕੇ ਸਤਿਗੁਰਾਂ ਦੇ ਚਰਨਾਂ ਨੂੰ ਨਿਵਾਸ ਕਰਦੀ। ਉਹਨਾਂ ਨੂੰ ਮੌਤ ਉਹਨਾਂ ਦਾ ਕੁਛ ਵਿਗਾੜ ਨਹੀਂ ਸਕਦੀ, ਕਿਉਂਕਿ ਉਹਨਾਂ ਦੇ ਰੋਗ ਰੋਗ ਵਿੱਚ ਸਤਿਗੁਰੂ ਵਸੇ ਹੋਏ ਹਨ। ਸਤਿਗੁਰੂ ਮਿਲੇ ਸੋ ਮਰਨ ਦਿਖਾਏ, ਮਰਨ ਰਹਿਣ ਰਸ ਅੰਦਰ ਪਾਏ। ਉਹਨਾਂ ਦੇ ਹਿਰਦੇ ਵਿੱਚ ਉਹ ਮੌਤ ਰਹਿਣ ਕਰਨ ਵਾਲਾ ਰਸ ਸਵਾਸ ਸਵਾਸ ਨਾਮ ਉਹਨਾਂ ਦੇ ਹਿਰਦੇ ਵਿੱਚ ਸੀ, ਸਤਿਗੁਰ ਦਾ ਹੱਥ ਉਹਨਾਂ ਦੇ ਸਿਰ ਤੇ ਸੀ। ਅੱਜ ਉਹਨਾਂ ਦੀ ਆਤਮਾ ਇਸ ਸੰਸਾਰ ਤੋਂ ਵਿਦਿਆ ਹੋਈ ਹੈ, ਉਹਨਾਂ ਨੂੰ ਗੁਰਬਾਣੀ ਲਿਖਦੀ ਹੈ, ਜਿਸ ਕੋ ਖੰਡ ਬ੍ਰਹਿਮੰਡ ਨਮਸਕਾਰ ਕਰੇ, ਜਿਸ ਹੱਥ ਜਿਸ ਸਿਰ ਹੱਥ ਧਰਿਆ ਗੁਰ ਪੂਰੇ ਸੋ ਪੂਰਾ ਹੋਈ। ਸੋ ਇਸ ਸੰਸਾਰ ਤੋਂ ਪੂਰੇ ਹੋ ਕੇ ਵਿਦਿਆ ਹੋਏ ਹਨ। ਅਸੀਂ ਉਹਨਾਂ ਦਾ ਇੱਥੇ ਆਉਣਾ ਤਾਂ ਮੁਬਾਰਕ ਹੀ ਸੀ, ਉਹਨਾਂ ਦਾ ਜਾਣਾ ਵੀ ਮੁਬਾਰਕ ਹੀ ਕਹਾਂਗੇ, ਜਿਹਨਾਂ ਨੇ ਆਪਣੀ ਜੀਵਨ ਯਾਤਰਾ ਨੂੰ ਸੁੱਚੇ ਗੁਣਾਂ ਦੇ ਨਾਲ ਸ਼ਿੰਗਾਰ ਕੇ ਇੱਥੋਂ ਵਿਦਿਆ ਹੋਏ ਹਨ। ਬਾਕੀ ਜੋ ਜੁਦਾਈ ਦਾ ਸਾਰੋ ਛੱਡ ਗਏ ਹਨ, ਉਹ ਘਾਟ ਜੋ ਚਾਵਲਾ ਪਰਿਵਾਰ ਨੂੰ ਹੋਈ ਹੈ, ਮੈਂ ਸਤਿਗੁਰੂ ਜੀ ਦੇ ਚਰਨਾਂ 'ਚ ਉਦਾਸ ਕਰਦਾ ਹਾਂ। ਸਤਿਗੁਰੂ ਦਇਆ ਕਰਨ, ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਅਤੇ ਜਿਹੜੇ ਗੁਣ ਉਹਨਾਂ ਵਿੱਚ ਸਨ, ਉਹਨਾਂ ਦੇ ਅਜੀਜ਼ ਸਪੁੱਤਰ ਨੂੰ ਉੱਥੇ ਹੀ
ਤਾਂ ਉਹਨਾਂ ਦੇ ਕਦਮਾਂ 'ਤੇ ਚੱਲਦਿਆਂ ਹੋਇਆ ਇਹ ਸੁੱਚੇ ਗੁਣ ਆਪਣੀ ਝੋਲੀ 'ਚ ਇਕੱਠੇ ਕਰ ਰਹੇ ਹੈ। ਸਰ ਰਾਜ ਜੋਸ਼ੀ ਪੰਡਿਤ ਪੂਰਨ ਚੰਦ ਦੀ ਸੇਵਾ ਕਰ ਸੀ ਉਹ ਕਿਰਪਾ ਕਰਕੇ ਆਪਣੇ ਮਨ ਨੂੰ ਵਾਪਸ ਕਰ ਤ੍ਰਿਲੋਕ ਸਿੰਘ ਜੀ ਦੀ ਜਨਮ ਪਤਨੀ ਹਰਿੰਦਰ ਕੌਰ ਜੀ ਕਾਸ਼ ਜੋ ਇਸ਼ਟਮ ਸ਼ਰਧਾ ਕਰੀ ਲੈਣੇ ਕੇ ਲੀਏ ਹਮ ਲੋਕ ਸਭ ਇਕੱਠੇ ਹੋਏ ਵੀ ਹਰਿੰਦਰ ਕੌਰ ਜੀ ਇੱਕ ਐਸੀ ਇਸਤਰੀ ਸੀ ਕਿ ਹਮਾਰੇ ਸ਼ਾਸਤਰੋਂ ਕੇ ਅਨੁਸਾਰ ਸੰਸਾਰ ਕੇ ਜਿਤਨੇ ਮਨੁੱਖ ਹੈ ਇਹ ਭਗਵਾਨ ਕਾ ਰੂਪ ਹੈ, ਇਸਤਰੀ ਮਹਾਲਕਸ਼ਮੀ ਕਾ ਰੂਪ ਹੈ। यदि वो माया के जाल में फंसे रहते हैं तब तो मनुष्य कहलाते हैं और जब वो भगवान के चरणों में चले जाते हैं तो वो मनुष्य भी भगवान के रूप में हो जाता। तो उनकी ऐसी आत्मा थी, उनके ऊपर इतनी कृपा थी कि हर मनुष्य का चाहे किसी धर्म का हो, किसी साधु महात्मा कोई भी उसके यहाँ पहुंच गया तो उसने वो जो संस्कार और इतनी आनंद के साथ सेवा की जो हर मनुष्यों को होना बहुत। उन्होंने बीवी महेंद्र कौर जी जब भी कोई उसके हर साधु महात्मा किसी धर्म का या कहीं का कोई भी चला जाता था वो उसकी पूर्ण रूप से सेवा करती थी और हर प्रकार से उनका जन्म मिलता भय ऋतु मृत्यु से जन्म मिलता संसार में जो पैदा होता है वो मरना उसको अवश्य होता है। और राजा राणा छत्रपति हत्यंत मरना सबको एक दिन अपनी अपनी बात जगदन देवी देव का मात पिता पड़वा मरती दिलिया जीव को कोई ना राख था दाम मिना ने धन की कृष्ण है धनवान कहीं ना सुख संसार में सब जिंदे को खान आप अकेला यू मरे मरे अकेला हो यू पर उनकी को साथी सदा रखो। भगवान की ऐसी कृपा थी सदगुरु जी के चरणों से उनको आशीर्वाद ऐसा मिला हुआ था। हमारे यहाँ लिखा है गुरु के समान नहीं दूसरा जहाज में गुरु पार ब्रह्म है गुरु जीव का रूप है गुरु ब्रह्म से मिलाए गुरु पार ही मिलाए हैं गुरु जी ने गति हुई असत पूजा है जिसके ऊपर गुरु जी का हाथ होता है तो हमारे सतगुरु जी महाराज जो है ये खास तौर एक खुद भगवान की शक्ति इनके अंदर इतनी है कि जिनके ऊपर ये आशीर्वाद देते और हाथ रखते उनको किसी प्रकार का कोई कष्ट और व्याधा नहीं। तो वो ऐसे योग के व्यक्ति आत्मा है कि उनकी को आत्मा एकदम वैकुंठ लोक में गई है और उनको किसी प्रकार का अब हम यही प्रार्थना सतगुरु जी के आशीर्वाद के द्वारा हम यही आशीर्वाद के देते हैं कि सतगुरु जी को शांति मिले और उनके परिवार को आयु काम यश काम पुत्र काम के अरबों धन काम से सर्व काम हम के उनका परिवार भले फूले और उनकी आत्मा को शांति मिले। मेंबर दिल्ली गुरुद्वारा प्रबंधक कमेटी और साबका प्रधान दिल्ली गुरुद्वारा प्रबंधक कमेटी के सरदार जसवंत सिंह जी सेठी सरदार जसवंत सिंह
ਪਰਮ ਸਤਿਕਾਰਯੋਗ ਗੁਰੂ ਰੂਪ ਸਾਹਿਬ ਸਿੰਘ ਜੀ ਹੋ, ਸ਼੍ਰੀਮਾਨ ਸਤਿਗੁਰੂ ਜੀ ਮਹਾਰਾਜ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲੇ ਵਾਲੇ ਨਾਨਕਾ ਸਦੀ ਉੱਠੀ ਆਏ ਦੇ ਵਾਹਿਗੁਰੂ ਸਾਹਿਬ, ਭੈਣ ਮਹਿੰਦਰ ਕੌਰ ਜੀ ਜਿਤਨੀ ਆਈ ਅਕਾਲ ਪੁਰਖ ਨੇ ਉਹਨਾਂ ਨੂੰ ਬਖਸ਼ੀ ਸੀ, ਉਹ ਪੂਰੀ ਕਰਕੇ ਸਜੀਵ ਕਾ ਲਈ ਸਫ਼ਰ ਨੂੰ ਛੱਡ ਰਹੇ ਹਾਂ। ਜੋ ਇਨਸਾਨ ਵੀ ਇਸ ਸੰਸਾਰ ਵਿੱਚ ਪੈਦਾ ਹੋਇਆ ਹੈ, ਉਸਨੇ ਇੱਕ ਦਿਨ ਜਾਣਾ ਹੈ। ਜੋ ਆਇਆ ਸੋ ਚਲ ਸੀ, ਸਭ ਕੋ ਆਈ ਵਾਰੀ ਹੈ, ਹਰ ਇੱਕ ਨੇ ਆਪਣੀ ਵਾਰੀ ਵਾਰੀ ਸਿਰ ਜਾਣਾ ਹੈ। ਕਿਸ ਸਥਾਨ ਤੇ ਜਾਣਾ ਹੈ, ਕਿਸ ਵਸਤੂ ਦੀ ਲੋੜ ਹੈ, ਉੱਥੇ ਸਰੀਰ ਜੀ ਕਹਿੰਦੇ ਮਲਕ ਮੌਤ ਜਾਂ ਬਾਬਤ ਸੀ, ਸਭ ਦਰਵਾਜ਼ੇ ਬੰਨ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਫਰੀਦਾ ਅਮਲ ਜੋ ਕੀਤੇ ਦੁਨੀ ਵਿੱਚ ਸਰਗੇ ਆਏ ਕਰਨ। ਜੋ ਨੇਕ ਕੰਮ ਜੋ ਅੱਛੇ ਵਿਹਾਰ ਅਸੀਂ ਇਸ ਸੰਸਾਰ ਵਿੱਚ ਕਰਾਂਗੇ, ਸਤਿਗੁਰੂ ਮਹਾਰਾਜ ਜੀ ਦੀ ਸੇਵਾ, ਗੁਰਬਾਣੀ ਪੜ੍ਹਨੀ, ਕੋਈ ਚੀਜ਼ ਸਾਡੀ ਅਸਲੀ ਦਰਗਾਹ ਦੇ ਵਿੱਚ ਕੰਮ ਆਏਗੀ। ਭੈਣ ਮਹਿੰਦਰ ਕੌਰ ਜੀ ਦਾ ਸਾਰਾ ਜੀਵਨ ਇਹਨਾਂ ਤੁੱਕਾਂ ਤੇ ਉਹਨਾਂ ਨੇ ਅਮਲ ਕੀਤਾ। ਸਤਿਗੁਰੂ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਦੁਨੀਆਂ ਦੀਆਂ ਸਾਰੀਆਂ ਨਿਮਤਾਂ, ਉਹਨਾਂ ਦੀ ਜੋਹੀ ਫਰੀ ਹੋਈ ਸੀ ਸਾਰੀਆਂ ਨਿਮਤਾਂ ਦੇ ਨਾਲ। ਸ਼ਹੀਦ ਕਰਮ ਸਿੰਘ ਜੀ ਵਰਗੇ ਇੱਕ ਨੇਕ ਪਤੀ ਔਰ ਬਖਰਦਾਰ ਬੱਚੇ ਤੇ ਨੂੰਹਾਂ, ਕੋਠੀਆਂ ਬੰਗਲੇ ਦੌਲਤ ਦੁਨੀਆਂ ਦੀ ਹਰ ਚੀਜ਼ ਖੁਸ਼ੀਆਂ ਦੇ ਨਾਲ ਭਰੀ ਹੋਈ ਸੀ, ਲੇਕਿਨ ਇਤਨਾ ਕੁਛ ਹੋਣ ਦੇ ਬਾਵਜੂਦ ਵੀ ਜੋ ਨਿਮਰਤਾ ਸੀ, ਜੋ ਸਤਿਗੁਰੂ ਮਹਾਰਾਜ ਦੀ ਜੋ ਸੇਵਾ ਸੀ ਉਹਨਾਂ ਦੇ ਮਨ ਦੇ ਵਿੱਚ, ਔਰ ਆਏ ਗਏ ਜੋ ਪੁੱਛਦੇ ਸਨ ਗਰੀਬਾਂ ਦੀ ਮੁਹਤਾਜਾਂ ਦੀ ਮਦਦ ਕਰਦੇ ਸਨ, ਮੈਂ ਸਮਝਦਾ ਕਿ ਯਕੀਨਨ ਐਸੀ ਨੇਕ ਮਹਾਨ ਆਤਮਾ ਗੁਰਚਰਨਾਂ ਦੇ ਵਿਚਕਾਰ ਜ਼ਰੂਰ ਪੁੱਜੀ ਹੈ। ਗੁਰਬਾਣੀ ਦੱਸਿਆ ਜਿਹੜੀ ਜਿਹੜੀ ਦਰਗੀ ਸਾਡੇ ਤਿੰਨਾ ਮਰਨਾ ਭਾਈ ਕਿਆ ਜਾਣਾ ਕਿ ਮਰੇਗੇ ਕਿਸਾ ਮਰਨਾ ਹੋਏ, ਜੇ ਗੱਲ ਸਾਹਿਬ ਮਰਨਾ ਨਹੀਂ ਸਿਰੇ ਤਾਂ ਸਹਿਲਾ ਮਰਨਾ ਹੋਏ। ਜੋ ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾ ਦਿੰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਉਹਨਾਂ ਨੂੰ ਅਕਾਲ ਪੁਰਖ ਕਹਿੰਦੇ ਹਨ ਕਿ ਮੌਤ ਨਹੀਂ ਆਉਂਦੀ, ਉਹ ਗੁਰੂ ਚਰਨਾਂ ਦੇ ਵਿੱਚ ਲੀਨ ਹੋ ਜਾਂਦੇ ਹਨ। ਭੈਣ ਮਹਿੰਦਰ ਕੌਰ ਜੀ ਜੋ ਉਹਨਾਂ ਨੂੰ ਦੱਸਿਆ ਗਿਆ ਹੈ ਕਿ US ਯੂਨਾਈਟਡ ਸਟੇਟ ਦੇ ਵਿੱਚ ਸ਼ਾਪਿੰਗ ਕਰਕੇ ਘਰ ਪੁੱਜੇ ਹਨ, ਠੀਕ ਖੁਸ਼ੀਆਂ ਭਰਾ ਵਕਤ ਸੀ ਤੇ ਕਿਹਾ ਕਿ ਮੈਂ ਬੈਂਕਾਕ ਪਰ ਗੱਲ ਕਰਨੀ ਹੈ ਟੈਲੀਫੋਨ ਤੇ, ਤੇ ਟੈਲੀਫੋਨ ਕੋਲ ਬੈਠ ਕੇ ਬੈਂਕਾਕ ਬੱਚਿਆਂ ਦੇ ਨਾਲ ਗੱਲ ਕੀਤੀ ਔਰ ਕੁਰਸੀ ਤੇ ਬੈਠੇ ਔਰ ਇੱਕ ਸਕਿੰਟਾਂ ਦੇ ਵਿੱਚ ਹੀ ਉਹ ਚਰਨਾਂ ਦੇ ਵਿੱਚ ਲੀਨ ਹੋ ਗਏ। ਯਕੀਨਨ ਮੈਂ ਸਮਝਦਾ ਹਾਂ ਕਿ ਜੋ ਗੁਰਬਾਣੀ ਨੇ ਦੱਸਿਆ ਉਹ ਚਰਨਾਂ ਵਿੱਚ ਪੁੱਜੇ ਹਨ, ਫਿਰ ਵੀ ਅਸੀਂ ਇੱਥੇ ਅੱਜ ਸਾਰੇ ਹਾਜ਼ਰ ਹੋਏ ਹਾਂ। ਜੋ ਸਦਮਾ ਪਹੁੰਚਿਆ ਸਿਰ ਤਰੋਕ ਸਿੰਘ ਜੀ ਤੇ ਉਹਨਾਂ ਦੇ ਬੱਚਿਆਂ ਨੂੰ, ਉਹ ਬਹੁਤ ਹੀ ਭਾਰੀ ਸਦਮਾ ਹੈ, ਲੇਕਿਨ ਸਤਿਗੁਰ ਜੀ ਕਹਿੰਦੇ ਹਨ ਜਿਸ ਠਾਕੁਰ ਚੋਣਾਂ ਹੀ ਜ਼ਿਆਦਾ ਥਾਂ ਤੋਂ ਕੀਜੀਏ ਸਦਨਾ ਮਸਲਾ। ਗੁਰਚਰਨਾਂ ਦੇ ਵਿੱਚ ਅਰਦਾਸ ਹੈ ਗੁਰੂ ਨਾਨਕ ਦੇਵ ਜੀ ਹੋ, ਸਤਿਗੁਰੂ ਮਹਾਰਾਜ ਜੀ ਹੋ, ਮਹਾਨ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੋ ਤੇ ਪਿੱਛੇ ਸਾਰੇ ਪਰਿਵਾਰ ਨੂੰ ਐਸੀ ਨੇਕ ਮਾਤਾ ਨੂੰ ਔਰ ਫਿਰ ਤਰੋਕ ਸਿੰਘ ਜੀ ਆਪਣੇ ਸੁਖਾਨੀ ਦੇ
ਬਾਹਰ ਜਿਹੜਾ ਸੁਣਨਾ
ਸੁੱਖ ਬੜੇ ਸੰਸਾਰ ਦੇ ਲੋਕ ਸੁੱਖ ਬੜੇ ਡਰਦੇ ਨੇ, ਪਰ ਜਿਹੜਾ ਆਤਮ ਜੋਤ ਹੈ ਆਤਮ ਦਾ ਕੇ ਜਾਣੇਗਾ ਆਏ ਜਨ ਆਏ ਕਰਨ ਨਾਲ ਹਵਾਈ ਜਹਾਜ਼ ਬਣ ਜਾਂਦਾ ਹੈ, ਇਸ ਤਰ੍ਹਾਂ ਤੇਲ ਪਾ ਕੇ ਉਸਨੂੰ ਉਡਾ ਲਿਆ ਜਾਂਦਾ ਹੈ। ਇਸ ਨੂੰ ਰੋਜ਼ ਬੜੀ ਹੈਗੀ, ਜੇ ਅਸੀਂ ਦੂਜਿਆਂ ਨੂੰ ਅੱਖਾਂ ਨਹੀਂ ਕਰ ਸਕਦੇ, ਅਸੀਂ ਹਵਾਈ ਜਹਾਜ਼ ਦੇ ਉੱਤੇ ਚੜ੍ਹ ਕੇ ਉਸਦਾ ਉਡਾਰਾ ਨਹੀਂ ਕਰ ਸਕਦੇ। ਤੁਸੀਂ ਜਾਣਦੇ ਹੋ ਲੜਾਈ ਲੱਗਦੀ ਹੈ, ਝਗੜਾ ਹੁੰਦਾ ਹੈ, ਕੋਈ ਹਨੇਰੀ ਆਈ ਹੈ, ਜ਼ਮੀਨ ਦੇ ਉੱਤੇ ਭੂਚਾਲ ਆਇਆ, ਸਮੁੰਦਰ ਪਿਛਾੜੇ ਮਾਰ ਰਿਹਾ, ਹਵਾਈ ਜਹਾਜ਼ ਉੱਤੇ ਉੱਡਿਆ ਜਾ ਰਿਹਾ, ਉਸ ਹਵਾਈ ਜਹਾਜ਼ ਨੂੰ ਕੋਈ ਜ਼ਰੂਰੀ